किसान वीरो सत श्रीकाल, मैं रमनदीप सिंह तोंगाली, तुसी देख रहे हो यूट्यूब चैनल फार्मिंग ब्रेन। दोस्तों अज ना अंकल कोले पहुंचे आपां ते 1991-92 दे गन्ना ला रहे हैं ते ऐतकी कुलाड़े वाला प्रोजेक्ट भी शुरू करया। गुड़ टेस्टी किवें बनता है, अड्डो अड्डी फ्लेवर का किवें बनता है, पूरी चर्चा आपां इस वीडियो च करांगे। ते तुसी कित्थों खरीद सकदे हो, वीडियो नूं एंड तक जरूर देखियो। आओ दोस्तों शुरू करदे हां। काफी सारे लोग ना हुण कलाड़े लग रहे आ सारे जिल्यां जी, ते गुड़ टेस्टी नहीं बन रहा, गल की है? गल ये है जी, हरेक कोले गन्ना जेड़ा आपदा नहीं पैदा कर देगे जी, आपदा गन्ना ना पैदा करना करके मुल गन्ना लेंदे खरीदे है जी। मुल आले गन्ने दे विचों पता नहीं की निकलदा की नहीं, किसे नूं खारा पानी लग्या, कोई किवें है, किसे च कोई जहर ज्यादा पाया हुआ, ओहदा गुड़ भी नहीं बनदा गा। इस करके जेड़ा असी आपदा गन्ना लाउणे आ, असी जदों शुरू तो ही इहनू गुड़ वास्ते तैयार कीता, साडा पुराना 30 साल दा एक्सपीरियंस है, 30 साल दा एक्सपीरियंस है। हाँ जी जी, ते इस करके गुड़ दा जिहड़ा गन्ने दी असी तैयारी है पहलां तो ही करके खेत दी, फिर ही इहदा गुड़ सही बणदा, सही रिकवरी दिंदा है। सर किन्ना गन्ना लग्या होया हुण अपने कोले, ते वैरायटी किहड़ी लगी है? अपने कोले जी तकरीबन 28 किले गन्ने दे हैगा जी इस टाइम, 30 किले गन्ना सी, 2 किले गन्ना आपां वढ के गुड़ बना चुके हैं उहदा। अच्छा, 2 किले फिलहाल अपने कोले 28 किले गन्ना खड़ा है। केड़ी वैरायटी लगी हुई है जी हुण अपने कोले जी? एक तां हैगा 9903 है जी जी, 1 85 है जी जी, 1 19 नंबर है जी, जूजा साले थोड़ा जिहा लैंदे आ। ਕਲਾੜਾ ਆਪਦਾ ਕਿਉਂ ਨਾ ਲਾਇਆ ਜਾਵੇ, ਲਾ ਲਈਏ, ਚਲੋ ਕਿਤੇ ਆਫਤ ਆਉਂਦੀ ਆ ਤਾਂ ਚਲੋ ਬੰਦਾ ਆਪਦਾ ਘਰੇ ਬੈਠਾ ਕੱਢੀ ਜਾਂਦਾ। ਲੋਕਡਾਊਨ ਦੇ ਵਿੱਚ ਲੋਕ ਘਰਾਂ 'ਚ ਵੜ ਕੇ ਬੈਠੇ ਸੀ, ਅਸੀਂ 200-200 ਕਿਲੋਮੀਟਰ 250-250 ਕਿਲੋਮੀਟਰ ਡੇਲੀ ਟਰੈਕਟਰ 'ਤੇ ਕਰਦੇ ਸੀ। ਅੱਛਾ, ਕਿਤੇ ਸੁਲਤਾਨਪੁਰ ਲੋਧੀ ਲੈ ਕੇ ਜਾਂਦੇ ਸੀ, ਕਿਤੇ ਬਗਰਾੜੀ ਲੈ ਕੇ ਜਾਂਦੇ ਸੀ, ਕਿਤੇ ਹੋਰ ਥਾਂ ਜਿੱਥੇ ਵੀ ਕੋਈ ਮੰਗਦਾ ਸੀ ਉਹਨੂੰ ਫਿਰ ਦੇ ਕੇ ਆਉਣਾ ਪੈਂਦਾ ਸੀ, ਹੋਰ ਤਾਂ ਕੋਈ ਬੰਦਾ ਨਿਕਲਦਾ ਨਹੀਂ ਸੀ ਬਾਹਰ ਜੀ। ਹਾਂ, ਤੇ ਹੁਣ ਸਰ ਫਲੇਵਰ ਕਿਹੜੇ ਕਿਹੜੇ ਤਿਆਰ ਹੋ ਰਹੇ ਆ? ਫਿਰ ਫਲੇਵਰ 'ਚ ਜਾਣ ਜੀ, ਹਲਦੀ ਵਾਲਾ ਗੁੜ ਵੀ ਆ ਆਪਣੇ ਕੋਲੇ ਜੀ, ਤੇ ਮੂੰਗਫਲੀ ਵਾਲਾ ਵੀ ਆ, ਡਰਾਈ ਫਰੂਟ ਵਾਲਾ ਵੀ ਆ, ਛੋਲਿਆਂ ਵਾਲਾ ਵੀ ਆ, ਤੇ ਇੱਕ ਆਪਣਾ ਆਵਲੇ ਵਾਲਾ ਵੀ ਹੈਗਾ। ਅੱਛਾ, ਤਕਰੀਬਨ ਸਾਰੀਆਂ ਵੈਰਾਈਟੀਆਂ ਤਿਆਰ ਕਰ ਲਈਆਂ? ਹਾਂ, ਕਰੀ ਜਾਂਦੇ ਬਾ, ਜਿਵੇਂ ਕੋਈ ਪਤਾ ਲੱਗਦਾ ਵੀ ਇਹ ਕਿਵੇਂ ਬਣਦਾ, ਕਿਸੇ ਹਿਸਾਬ 'ਚ ਕਿਸੇ ਵੈਦ ਤੋਂ ਮਾੜਾ ਮੋਟਾ ਪੁੱਛ ਦੱਸ ਕਰਕੇ ਉਵੇਂ ਉਵੇਂ ਅਸੀਂ ਉਹ ਵਰਾਇਟੀਆਂ ਬਣਾਈ ਜਾਂਦੇ ਹਾਂ, ਤਿਆਰ ਕਰੀ। ਮੈਂ ਦੇਖੀ ਜਾਂਦਾ ਨਾ ਗੁੜ 'ਚ ਟੇਸਟ ਬਹੁਤ ਹੈ, ਟੇਸਟ ਬਹੁਤ ਆਇਆ ਨਾ ਜੀ, ਜਿਹੜਾ ਗੁੜ ਵਾਲਾ ਕਮਾਦ ਆ ਨਾ ਜੀ, ਇਹਦੀ ਸ਼ੁਰੂ ਤੋਂ ਹੀ ਤਿਆਰੀ ਉਹੋ ਜਿਹੀ ਕਰਨੀ ਪੈਂਦੀ ਹੈ ਵੀ ਇੱਕ ਤਾਂ ਇਹਨੂੰ ਜਿਹੜੇ ਜ਼ਹਿਰੀਲੀਆਂ ਚੀਜ਼ਾਂ ਜ਼ਿਆਦਾ ਨਹੀਂ ਪਾਉਣੀਆਂ ਪੈਂਦੀਆਂ ਹੈਗੀਆਂ, ਜਿਵੇਂ ਆਪਾਂ ਵੱਧ ਝਾੜ ਲੈਣ ਵਾਸਤੇ ਸਪਰੇਅ ਜ਼ਿਆਦਾ ਕਰ ਦਿੰਦੇ ਆ, ਜ਼ਿਆਦਾ ਹੋ ਜਾਂਦੀ ਹੈ ਜੀ, ਜਿਵੇਂ ਪਦਾਨ ਵਗੈਰਾ ਜ਼ਿਆਦਾ ਪੈ ਜੇ, ਫੋਰਟ ਪੈ ਜੇ, ਤਾਂ ਵੀ ਇਹ ਗੁੜ ਨਹੀਂ ਜੁੜਦਾ ਇਹਦਾ, ਕਿਉਂਕਿ ਜਿਹੜੇ ਸਾਰੇ ਤੱਤ ਨਹੀਂ ਮਿਲਦੇਗੇ ਇਹਨੂੰ, ਇਸ ਕਰਕੇ ਇਹਨੂੰ ਸ਼ੁਰੂ ਤੋਂ ਤਿਆਰੀ ਕਰਕੇ ਇੱਕ ਜਿਵੇਂ ਪਾਣੀ ਦੀ ਮਾਤਰਾ, ਪਾਣੀ ਦੀ ਮਾਤਰਾ ਜਦੋਂ ਆਪਾਂ ਗੁੜ ਬਣਾਉਣਾ ਉਦੋਂ ਘੱਟ ਤੋਂ ਘੱਟ 1 ਮਹੀਨਾ ਪਹਿਲਾਂ ਪਾਣੀ ਉਸ ਗੰਨੇ ਨੂੰ ਬੰਦ ਕੀਤਾ ਹੋਵੇ। ਕਈ ਬੰਦੇ ਹੁਣ ਜਿਹੜੇ ਮੰਨ ਲਓ ਘਲਾੜੇ ਵਾਲਿਆਂ ਨੂੰ ਗੰਨਾ ਦਿੰਦੇ, ਅਗਲਾ ਵਜਨ ਦੇ ਆਪਦੇ ਹਿਸਾਬ ਨਾਲ ਕਰਕੇ, ਅਤੇ ਉਹ ਆਪਦਾ ਗੁੜ ਵਜਨ ਵਧਾਉਣ ਮਾਰੇ ਗੰਨੇ ਨੂੰ ਪਾਣੀ ਹਫ਼ਤਾ ਹੋ ਗਿਆ ਹੁੰਦਾ ਲੱਗੇ ਨੂੰ, ਉਹ ਵੱਢ ਕੇ ਲਿਜਾ ਕੇ ਘਲਾੜੇ ਵਾਲੇ ਸਾਨੂੰ ਵਿਚਾਰੇ ਨੂੰ ਸੁੱਟ ਦਿੰਦੇ ਆ, ਅਤੇ ਘਲਾੜੇ ਵਾਲਾ ਵਿਚਾਰਾ ਅੱਗ ਬਾਲ ਬਾਲ ਕੇ ਉਹਦਾ ਪਾਣੀ ਸਾੜੀ ਜਾਂਦਾ, ਅਤੇ ਗੁੜ ਦਾ ਮੁੜ ਕੇ ਉਹ ਜੀ ਗੱਲ ਹੀ ਨਹੀਂ ਬਣਦੀ, ਟੇਸਟ ਨਹੀਂ ਬਣਦਾ, ਟੇਸਟ ਨਹੀਂ ਬਣਦਾ ਜੀ। ਸਹੀ ਦੋਸਤੋ, ਅੰਕਲ ਹੋਰਾਂ ਨੇ ਦੱਸਿਆ ਆਪਦਾ ਐਕਸਪੀਰੀਅੰਸ ਵੀ ਜਦੋਂ ਗੰਨੇ ਨੂੰ ਜ਼ਿਆਦਾ ਪਾਣੀ ਲੱਗ ਜਾਂਦਾ ਤਾਂ ਵੀ ਗੁੜ ਦਾ ਟੇਸਟ ਨਹੀਂ ਬਣਦਾ, ਅਤੇ ਇਸ ਗੁੜ ਦਾ ਟੇਸਟ ਬਣਾਉਣ ਲਈ ਅੰਕਲ ਹੋਰਾਂ ਨੇ ਖੁਦ ਖੇਤ ਦੇ ਵਿੱਚ ਗੰਨਾ ਲਾਇਆ, ਉਸ ਤੋਂ ਬਾਅਦ ਉਹਦੀ ਪ੍ਰੋਸੈਸਿੰਗ ਹੋ ਰਹੀ ਆ, ਅੱਗੇ ਗੁੜ ਦੇ ਕਾਫੀ ਫਲੇਵਰ ਬਣਾਏ ਜਾ ਰਹੇ ਆ। ਸਰ ਫਿਰ ਕਿਹੜੇ ਮਹੀਨੇ 'ਚ ਸਟਾਰਟ ਕਰਿਆ ਸੀਗਾ ਅਤੇ ਕਦੋਂ ਤੱਕ ਚੱਲ ਜੂਗਾ? ਦੇਖੋ ਜੀ, ਚੱਲਣ ਦਾ ਤਾਂ ਹੁਣ ਇਹਦਾ ਪਤਾ ਵੀ 3-4 ਮਹੀਨੇ ਤੱਕ ਚੱਲ ਜੂਗਾ, ਅਤੇ ਆਪਾਂ 12ਵੇਂ ਮਹੀਨੇ ਦੀ 9 ਤਰੀਕ ਨੂੰ ਚਾਲੂ ਕੀਤਾ। ਅੱਛਾ, 12ਵੇਂ 9 ਨੂੰ ਸਟਾਰਟਿੰਗ ਕੀਤਾ ਸੀ, ਉਹ ਕਿਉਂਕਿ ਆਪਣਾ ਐਤੀ ਸਾਰਾ ਮਕਾਨ ਵਾਲਾ ਸਿਸਟਮ ਨਵਾਂ ਤਿਆਰ ਕਰਨਾ ਸੀ, ਜਗਾੜ ਸਾਰਾ ਨਵਾਂ ਲੱਗਿਆ ਸੀ, ਹੌਲੀ ਹੌਲੀ ਸਾਰਾ ਕੰਮ ਸੈੱਟ ਕਰਕੇ। ਅੱਛਾ, ਹਾਂ, ਵੈਸੇ ਤਾਂ ਚਲੋ ਐਤੀ ਗਾਂਹ ਨੂੰ ਸਾਡਾ ਗੁਰੂ ਦੀ ਕਿਰਪਾ ਨਾਲ ਪ੍ਰੋਸੈਸਾ ਵੀ ਹੋ ਸਕਦਾ ਸੀ, 11ਵੇਂ ਮਹੀਨੇ ਚਲਾ ਦਈਏ। ਅੱਛਾ, ਕੋਈ ਉਹੋ ਜਿਹਾ ਗੰਨਾ ਅਸੀਂ ਮੋਢੀ ਮਾਢੀ ਰੱਖਾਂਗੇ 3ਜੇ ਸਾਲ ਦੀ, ਵੀ ਲੋਕਾਂ ਨੂੰ ਸ਼ੁਰੂ 'ਚ ਹੀ ਪਹਿਲਾਂ ਹੀ ਚੰਗਾ ਗੁੜ ਚਾਹ ਵਾਸਤੇ ਖਾਣ ਵਾਸਤੇ ਵਧੀਆ ਦਿੱਤਾ ਜਾਵੇ ਸਰਦੀ ਆਉਂਦਿਆਂ ਸਾਰੀ। ਹਾਂ, ਇਸ ਕਰਕੇ ਸਾਡਾ ਗੰਨੇ ਦਾ ਜਿਹੜਾ ਗੁੜ ਬਣਿਆ ਹੋਇਆ, ਚਾਹ ਤੁਸੀਂ ਜਿੰਨਾ ਚਿਰ ਮਰਜ਼ੀ ਵਾਲੀ ਜਾਓ, ਚਾਹ ਨਹੀਂ ਪਾਟੂਗੀ, ਇਹ ਸਾਡੀ ਗਰੰਟੀ ਹੈ ਇਸ ਗੱਲ ਦੀ। ਬਾਕੀ ਤੁਸੀਂ ਆ ਕੇ ਮੌਕੇ 'ਤੇ ਸਾਡਾ ਵੇਖੋ,
कोई गल नहीं, जो साफ सफाई सारा वधिया साढ़े जो गड़बई रखे आ तंबाकू तो रहत रखे असी सारे, पहला तंबाकू वाले बंदे सानू मिलते सी, असी आखिया नहीं ये नहीं असी रखने जी। चार रुपये जरूर वध दे सकते हैं पर असी बंदे ना दारू वाला ते ना कोई बीड़ी सिरगट वाला नहीं रखा गा। हाँ ते एक सर एवें भी दस्यो भी किन्ने समय च गन्ना तैयार कर दे, कदों लाया किन्ना समा पहला स्टार्टिंग करती सी भी गुड़ वधिया बनाउणा? ਇਹ ਨਾ ਜੀ ਸਾਨੂੰ ਪ੍ਰੋਸੈਸ ਤਾਂ ਕਰੀ ਜਾਂਦੇ ਨੂੰ ਹੋ ਗਏ 3 ਸਾਲ। ਅੱਛਾ, ਜਦੋਂ ਪਹਿਲੇ ਸਾਲ ਲੋਕਡਾਊਨ ਲੱਗਿਆ ਉਦੋਂ ਮਨ ਨੇ ਛਾਲਾ ਜਿਹਾ ਮਾਰਿਆ ਸੀ ਵੀ ਯਾਰ ਆਪਾਂ ਦਵਾ ਦਵ ਲਾ ਲਈਏ ਤੇ ਵੀ ਆਪਾਂ ਆਪਦਾ ਗੰਨਾ ਆਪ ਇੱਥੇ ਸੰਭਾਲੀਏ। ਉਦੋਂ ਫਿਰ ਨਹੀਂ ਸਾਡੇ ਸੂਤ ਨਹੀਂ ਆਇਆ ਕਿਉਂਕਿ ਲੇਬਰ ਲੂਬਰ ਮਿਲਦੀ ਨਹੀਂ ਸੀ, ਲੋਕਡਾਊਨ ਲੱਗੇ ਸੀ, ਦੂਰੋਂ ਜਾ ਕੇ ਸਾਨੂੰ ਕ੍ਰੈਸ਼ਰ ਲੈਣਾ ਪੈਣਾ ਸੀ, ਉੱਥੇ ਜਾਣ ਦੀ ਪਰਮਿਸ਼ਨ ਨਹੀਂ ਮਿਲਦੀ ਸੀ ਤੇ ਇਸ ਕਰਕੇ ਫਿਰ ਅਸੀਂ ਉਦੋਂ ਕਿਰਾਏ 'ਤੇ ਗੁੜ ਕਢਵਾਇਆ। ਸਾਡਾ ਸੱਜਣ ਮਿੱਤਰ ਸੀਗਾ ਉਹਦੇ ਕੋਲ ਟਰਾਲਾ ਠੱਲੇ ਆਉਂਦੇ ਸੀ, ਉਹ ਸਾਨੂੰ ਗੁੜ ਕੱਢ ਕੇ ਵਧੀਆ ਖਰ ਦੇ ਗਿਆ। ਅੱਛਾ, ਅਸੀਂ 250 ਕੁਇੰਟਲ ਗੰਨੇ ਦਾ ਗੁੜ, ਗੰਨਾ ਜਾਂ ਗੁੜ ਸੀਗਾ, 250 ਕੁਇੰਟਲ ਗੁੜ ਅਸੀਂ ਘਰੇ ਬੈਠਿਆਂ ਨੇ ਰਿਸ਼ਤੇਦਾਰਾਂ ਨੂੰ ਦਿੱਤਾ, ਸੱਜਣ ਮਿੱਤਰਾਂ ਨੂੰ ਦਿੱਤਾ, ਉਹਨਾਂ ਨੇ ਗਾਂ ਪਿੰਡਾਂ ਦੇ ਵਿੱਚ ਵੇਚਿਆ, ਘਰਾਂ ਜਹਾਂ ਦਿੱਤਾ, ਜਿਵੇਂ ਕਿਸੇ ਨੂੰ ਮੰਨ ਲਓ ਲੈਣ ਦੀ ਲੋੜ ਪਈ ਤੇ ਉਹ ਲੋਕਾਂ ਨੇ ਸਾਥੋਂ ਫਿਰ ਗੁੜ ਮੰਗਿਆ ਅਗਲੇ ਸਾਲ ਦੁਆਰਾ। ਅੱਛਾ, ਉਹ ਕਹਿੰਦੇ ਯਾਰ ਉਹਦੇ ਨਾਲ ਦਾ ਸਾਨੂੰ ਗੁੜ ਦਿਓ ਤੁਸੀਂ, ਗੁੜ ਦਿਓ। ਹਾਂ, ਤੇ ਅਸੀਂ ਆਖਿਆ ਵੀ ਸਾਡੇ ਕੋਲੇ ਤੁਹਾਨੂੰ ਇਹ ਤਾਂ 12 ਨਹੀਂ ਖਾਂਦਾ ਗਾ ਕਿਉਂਕਿ ਕਢਾਈ ਦੇ ਕੇ ਤੇ ਸਾਰਾ ਕੁਝ ਪੱਲੇ ਪਾ ਕੇ ਇਹ ਸਾਨੂੰ 12 ਨਹੀਂ ਖਾਂਦਾ ਗਾ ਵੀ ਅਸੀਂ ਬਣਾ ਕੇ ਦੇ ਨਹੀਂ ਸਕਦੇ ਜੀ। ਚਲੋ ਅਗਲੇ ਸਾਲ ਫਿਰ ਸਾਡਾ ਗੰਨਾ ਜੂਸ ਚ ਲੱਗ ਗਿਆ ਸਾਰਾ। ਹੁਣ ਇਹ ਸਾਲ ਚ ਫਿਰ ਆਪਣਾ ਬੇਟਾ BSc ਐਗਰੀਕਲਚਰ ਕਰਕੇ ਹਟਿਆ ਸੀਗਾ ਤੇ ਮੈਂ ਕਿਹਾ ਵੀ ਚੱਲ ਬੇਟਾ ਤੈਨੂੰ ਕੰਮ ਤੋਰ ਦਈਏ ਤੇ ਚਲਾ ਲਾ ਆਪਦਾ ਭਾਈ ਤੂੰ ਇਹ ਬਾਹਰ ਭੱਜਣਾ ਦੇਸ਼ਾਂ ਦੁਸ਼ਾਂ ਜਾਣ ਨਾਲੋਂ ਤੇ ਇੱਥੇ ਆਪਾਂ 15-18 ਲੱਖ ਰੁਪਈਆ ਲਾ ਕੇ 18 ਲੱਖ ਰੁਪਈਆ ਲਾ ਕੇ ਚਲਾਤਾ ਤੇ ਠੀਕ ਚੱਲੀ ਜਾਂਦਾ ਵਧੀਆ। ਇਨਵੈਸਟਮੈਂਟ ਸਾਰਾ ਵਾਹਵਾ ਹੋ ਗਈ ਫਿਰ? ਹਾਂ, ਇਨਵੈਸਟਮੈਂਟ ਐ ਜੀ, ਇੱਕ ਤਾਂ ਜਗ੍ਹਾ ਸੀ ਨੀਵੀਂ, ਭਰਤ ਭੁਰਤ ਬਹੁਤ ਪਾਈ, ਥੱਲਿਓਂ ਪਿੱਲਰ ਖੜੇ ਕੀਤੇ, ਬੀਮ ਖੜੇ ਕੀਤੇ, ਪਿੱਲਰ ਭਰ ਕੇ ਫਿਰ ਬੀਮ ਲਾਏ ਉੱਤੇ ਜੀ, ਫਿਰ ਇੱਕ ਸਾਰੀ ਚੀਜ਼ ਆਪਾਂ ਵਧੀਆ ਜੀ ਕੀਤੀ ਆ ਵੀ ਇਹ ਤਾਂ ਹੈ ਨਹੀਂ ਵੀ ਛੱਪਰੀ ਪਾ ਕੇ ਬਹਿ ਗਏ ਉੱਥੇ। ਅੱਛਾ, ਹਾਂ, ਸਾਰੇ ਬੁੱਲਰ ਲਾ ਕੇ ਉੱਤੇ ਚਾਦਰਾਂ, ਲੇਬਰ ਦੇ ਰਹਿਸ਼ ਵਾਲਾ ਜਿਹੜਾ ਉਹ ਜੀ, ਜਾਂ ਦੁਕਾਨਦਾਰੀ ਜਿਹੜੀ ਦੁਕਾਨ ਦੇ ਵਿੱਚ ਸਾਰਾ ਸਮਾਨ ਵਧੀਆ ਤੁਸੀਂ ਦੇਖ ਕੇ ਆਏ। ਸਰ ਸ਼ੁੱਧਤਾ ਕਿੰਨੀ ਫਿਰ ਕਿੰਨਾ ਕੁ ਧਿਆਨ ਦਿੱਤਾ ਜਾ ਰਿਹਾ ਹੈਗਾ? ਸ਼ੁੱਧਤਾ ਨਹੀਂ ਜੀ, ਗਾਂ ਦਾ ਜਿਹੜਾ ਦੁਕਾਨ ਦਾ ਕੰਮ ਉਹ ਤਾਂ ਬੇਟਾ ਕਰ ਰਿਹਾ ਜੀ ਤੇ ਜਿੱਥੇ ਬਣ ਰਿਹਾ ਉੱਥੇ ਮੇਰੀ ਡਿਊਟੀ ਆ ਜੀ, ਉੱਥੇ ਮੈਂ ਬੈਠਾ ਉਹਨਾਂ ਤੋਂ ਬੰਦਿਆਂ ਤੋਂ ਕੰਮ ਕਰਵਾਉਣਾ ਜਿੰਨਾ ਵੀ ਮੈਥੋਂ ਆਪਦੀ ਕੋਸ਼ਿਸ਼ ਹੁੰਦੀ ਹੈ ਵੱਧ ਤੋਂ ਵੱਧ ਵੀ ਸਾਰੀ ਵਧੀਆ ਬਣੇ। ਬਾਕੀ ਅਸੀਂ ਜਦੋਂ ਉੱਥੋਂ ਘਲਾੜੇ ਦੇ ਉੱਤੋਂ ਗੁੜ ਦੂਜੇ ਪਾਸੇ ਕੱਢਦੇ ਹਾਂ ਇਹਦੇ 'ਚੋਂ ਦੁਕਾਨ ਨਹੀਂ ਜਾਂਦਾ, ਉਦੋਂ ਅਸੀਂ ਸਾਰੇ ਗੁੜ ਦੀ ਜਿੰਨਾ ਕੁ ਹੁੰਦਾ ਬਣਿਆ ਹੋਇਆ ਉਹਦਾ ਮੰਨ ਲਓ 2 ਵਾਰੀ ਬਣਦਾ, ਦਿਨ 'ਚ 3 ਵਾਰੀ ਹੈ, ਉਹਦਾ ਸੈਂਪਲ ਲੈ ਕੇ ਚਾਹ ਬਣਾ ਕੇ ਪੀ ਕੇ ਉਦੋਂ ਬਾਅਦ ਫਿਰ ਅਸੀਂ ਗਾਹਕ ਨੂੰ। ਅੱਛਾ, ਪਹਿਲਾਂ ਗੁੜ ਬਣਦਾ ਫਿਰ ਉਹਦਾ ਸੈਂਪਲ ਚੈੱਕ ਹੁੰਦਾ, ਉਸ ਤੋਂ ਬਾਅਦ ਸੇਲ ਕਰਦੇ ਹੋ? ਹਾਂਜੀ ਹਾਂਜੀ, ਉਸ ਤੋਂ ਬਾਅਦ ਸੇਲ ਹੀ ਸਟਾਕ ਲੱਗਦਾ, ਮੰਨ ਲਓ ਵੀ ਆਪਣੇ ਦਿਨ ਦੇ 12 ਵਜੇ ਤੱਕ ਜਿੰਨਾ ਸਟਾਕ ਬਣ ਗਿਆ ਉਹਦੀ ਅਸੀਂ 12 ਵਜੇ ਚਾਹ ਬਣਾਉਣੇ ਆ ਉੱਥੇ ਹੀ ਆਪਦੇ। ਅਤੇ ਸਰ ਕਿੰਨਾ ਸਮਾਂ ਆਪਾਂ ਸਾਂਭ ਕੇ ਰੱਖ ਸਕਦੇ ਹਾਂ ਗੁੜ ਨੂੰ? ਇਹ ਤਾਂ ਜੀ ਗਾਂ ਅਜੇ ਪ੍ਰੋਸੈਸ ਆ ਵੀ ਗਾਂ ਕੋਈ ਕਮਰੇ 'ਚ ਅਸੀਂ ਉਸੀ ਲਾ ਕੇ ਕੋਈ ਕਰਕੇ, ਕੋਸ਼ਿਸ਼ ਕਰਾਂਗੇ ਵੀ ਦੁਕਾਨ ਤੇ ਜਿੰਨਾ ਵੀ ਸਮਾਂ ਵੱਧ ਤੋਂ ਵੱਧ ਰਹਿ ਸਕੇ ਕੋਈ ਖਰਚਾ ਕਰਕੇ ਉਹਨਾਂ ਗਾਹਕਾਂ ਨੂੰ ਆਪਾਂ ਦੇ ਸਕੀਏ। ਠੀਕ ਹੈ, ਤੇ ਰੇਟ ਕੀ ਚੱਲ ਰਿਹਾ ਜੀ ਹੁਣ ਸਿੰਪਲ ਗੁੜ ਦਾ ਕੀ ਰੇਟ ਹੈ ਤੇ ਦੂਸਰੇ ਜਿਹੜੇ ਫਲੇਵਰ ਆ ਰਹੇ ਆ ਉਹਨਾਂ ਦਾ ਕੀ ਰੇਟ ਹੈ ਜੀ? ਸਿੰਪਲ ਦਾ ਜੀ 70 ਰੁਪਈਏ ਕਿਲੋ ਹੈ ਜੀ, ਚਾਹ ਵਾਲਾ ਗੁੜ ਆ ਜਿਹੜਾ ਸਿੰਪਲ ਜੀ ਉਹ 70 ਰੁਪਈਏ ਕਿਲੋ ਹੈ। ਦੂਜੇ ਜਿਵੇਂ ਮੂੰਗਫਲੀ ਵਾਲਾ ਹੋ ਗਿਆ, ਛੋਲਿਆਂ ਵਾਲਾ ਹੋ ਗਿਆ ਤੇ ਹਲਦੀ ਵਾਲਾ ਹੋ ਗਿਆ ਜੀ, ਇਹਨਾਂ ਦਾ 140 ਰੁਪਈਏ ਰੇਟ ਆ ਕਿਲੋ ਦਾ ਜੀ, ਤੇ ਜਿਹੜਾ ਡਰਾਈ ਫਰੂਟ ਵਾਲਾ ਉਹਦਾ 200 ਰੁਪਈਏ ਕਿਲੋ ਹੈ ਜੀ। ਜੇਕਰ ਮੇਰੇ ਵਰਗਾ ਸਰ ਕੋਈ ਬੰਦਾ ਹੈ ਤੇ ਉਹਨੇ ਡਰਾਈ ਫਰੂਟ ਪਾ ਕੇ ਜਾਂ ਕੋਈ ਹੋਰ ਮਟੀਰੀਅਲ ਪਾ ਕੇ ਬਲਕ ਕੁਆਂਟਿਟੀ 'ਚ ਵੀ ਜ਼ਿਆਦਾ ਮਾਤਰਾ 'ਚ ਲੈਣਾ ਤਾਂ ਬਣਾ ਕੇ ਦੇ ਦੇਵਾਂਗੇ? ਅਸੀਂ ਵੀ ਬਣਾ ਕੇ ਦੇ ਦਾਂਗੇ, ਨਹੀਂ ਅਗਲਾ ਆਪਦਾ ਖੁਦ ਦਾ ਸਮਾਨ ਖਰੀਦ ਲਿਆ ਜੋ ਉਹਦੇ ਮਨ ਦੀ ਤਸੱਲੀ ਆ ਲਿਆ ਕੇ ਪਾ ਲਏ ਉੱਥੇ ਤੇ ਅਸੀਂ ਬਣਾ ਦੇਵਾਂਗੇ। ਇੱਕ ਵਾਰੀ ਅੰਕਲ ਜੀ ਆਪਣਾ ਐਡਰੈਸ ਦੁਬਾਰਾ ਫਿਰ ਸਾਂਝਾ ਕਰਿਓ। ਐਡਰੈਸ ਆ ਜੀ ਆਪਣਾ ਪਿੰਡ ਬੂੜਾ ਗੁਜਰ ਜੀ, ਫਿਰੋਜ਼ਪੁਰ ਰੋਡ ਤੇ ਉੱਤੇ ਸਾਦਕ ਵਾਲੀ ਸੜਕ ਆਉਂਦੀ ਹੈ, ਫਿਰੋਜ਼ਪੁਰ ਵਾਲੀ ਹੈ ਪੈਂਦੀ ਹੈ, ਮੁਕਤਸਰ ਤੋਂ 7 ਕਿਲੋਮੀਟਰ ਵੱਟ 6 ਕਿਲੋਮੀਟਰ ਵੱਟ ਹੈਗਾ ਪਿੰਡ, ਰੋਡ ਦੇ ਉੱਪਰ ਹੈ ਤੇ ਉੱਥੇ ਤੁਸੀਂ ਆ ਕੇ ਮਿਲ ਸਕਦੇ ਹੋ। ਰਵਾਇਤੀ ਕੁੜ ਕਲਾੜਾ ਆਪਣੇ ਕਲਾੜੇ ਦਾ ਨਾਂ ਤੇ ਬਾਕੀ ਨੰਬਰ ਹੈਗੇ ਸਾਰਿਆਂ ਕੋਲ, ਜਿਵੇਂ ਜਿਵੇਂ ਜਾਂਦੇ ਆ ਚੱਲਦਾ। ਦੋਸਤੋ, ਜੇਕਰ ਤੁਸੀਂ ਪਿਓਰਟੀ ਦੇ ਵਿੱਚ ਟੇਸਟੀ ਗੁੜ ਖਰੀਦਣਾ ਚਾਹੁੰਦੇ ਹੋ, ਵੱਖ ਵੱਖ ਫਲੇਵਰਾਂ ਦਾ ਖਰੀਦਣਾ ਚਾਹੁੰਦੇ ਹੋ ਤਾਂ ਤੁਸੀਂ ਇਸ ਕਲਾੜੇ 'ਤੇ ਆ ਕੇ ਗੁੜ ਖਰੀਦ ਸਕਦੇ ਹੋ, ਕਿੰਨੀ ਵੀ ਕੁਆਂਟਿਟੀ ਦੇ ਵਿੱਚ ਤੁਸੀਂ ਲੈ ਕੇ ਜਾ ਸਕਦੇ ਹੋ। ਜੇਕਰ ਤੁਸੀਂ ਤਿਆਰ ਕਰਵਾਉਣਾ ਚਾਹੁੰਦੇ ਹੋ ਆਪਣੀ ਚੁਆਇਸ ਦੇ ਹਿਸਾਬ ਦੇ ਨਾਲ, ਉਹ ਵੀ ਤਿਆਰ ਕੀਤਾ ਜਾਂਦਾ। ਦੋਸਤੋ, ਉਮੀਦ ਕਰਦੇ ਹਾਂ ਕਿ ਇੱਕ ਬਹੁਤ ਵਧੀਆ ਇਨਫੋਰਮੇਸ਼ਨ ਤੁਹਾਨੂੰ ਦੇਖਣ ਨੂੰ ਮਿਲੀ ਹੋਏਗੀ। ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ। ਜੇਕਰ ਸਾਡੇ YouTube ਚੈਨਲ 'ਤੇ ਪਹਿਲੀ ਵਾਰੀ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਹਰ ਇੱਕ ਇੰਟਰਸਟਿੰਗ ਵੀਡੀਓ ਪਹੁੰਚ ਸਕੇ ਤੁਹਾਡੇ ਮੋਬਾਈਲ 'ਤੇ ਸਭ ਤੋਂ ਪਹਿਲਾਂ। ਧੰਨਵਾਦ ਦੋਸਤੋ, ਜਲਦੀ ਮਿਲਦੇ ਹਾਂ ਇੱਕ ਨਵੀਂ ਵੀਡੀਓ ਦੇ ਨਾਲ।